ਜਿਹੜੇ ਕਿਸਾਨ ਭਰਾ ਵੀ ਨਰਮੇ ਦੀਆਂ ਵੀਡੀਓ ਦੇਖ ਕੇ ਫਾਇਦਾ ਖਾਟ ਰਹੇ ਆ ਉਹਨਾਂ ਦੀ ਇੱਕ ਛੋਟੀ ਵੀਡੀਓ ਦੇ ਵਿੱਚ ਇੱਕ ਹੋਰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਹੇ ਆ ਕਿ ਨਰਮੇ ਜਿਹੜੇ ਲੇਟ ਲੱਗੇ ਆ ਜਾਂ ਨਿੰਨਾ ਦੇ ਉੱਪਰ ਪਹਿਲਾ ਫਲ ਪੱਕ ਗਿਆ ਤੇ ਦੂਜਾ ਫਲ ਹੁਣ ਪੱਕਣ ਦੀ ਤਿਆਰੀ ਹੈ ਸੈਕੰਡ ਜਾਂ ਥਰਡ ਟਾਈਮ ਫਰੂਟਿੰਗ ਆਈ ਹੋਈ ਹੈ ਜੇਕਰ ਇਹ ਸਤੰਬਰ ਦੇ ਵਿੱਚ ਹੀ ਫੁੱਲ ਖਿੜ ਕੇ ਟੀਂਡੇ ਬੰਨ ਦੀ ਕੋਸ਼ਿਸ਼ ਕਰਦੇ ਤਾਂ ਇਹਨੂੰ ਤਾਕਤ ਦਿਓ ਅਗਰ ਅਕਤੂਬਰ ਜਾਂਦਾ ਜਾਂ ਅਕਤੂਬਰ ਤੋਂ ਵੀ ਲੇਟ ਹੁੰਦਾ ਤਾਂ ਇਹ ਟੀਂਡੇ ਤੁਹਾਡੇ ਟੁੱਟਣੇ ਆ ਖੇਤ ਦੇ ਵਿੱਚ ਨਹੀਂ ਖੜਨੇ ਹੈਗੇ ਕੋਈ ਜ਼ਿਆਦਾ ਵੱਡਾ ਸਾਈਜ਼ ਨਹੀਂ ਬਣੇਗਾ ਤਾਂ ਇਹਨਾਂ ਤੇ ਖਰਚਾ ਨਾ ਕੀਤਾ ਜਾਵੇ ਅਗਰ ਸਤੰਬਰ ਦੇ ਵਿੱਚ ਹੀ ਫੁੱਲ ਖਿੜ ਕੇ ਟੀਂਡੇ ਬਾਨੇ ਸ਼ੁਰੂ ਹੋ ਜਾਣਗੇ ਤਾਂ ਇਹ ਅਕਤੂਬਰ ਮਹੀਨੇ ਦੇ ਵਿੱਚ ਖਿੜ ਜਾਣਗੇ ਨਹੀਂ ਤਾਂ ਨਵੰਬਰ ਦੇ ਵਿੱਚ ਕਈ ਵਾਰ ਖਰਾਬ ਮੌਸਮ ਰਹਿਣ ਕਰਕੇ ਇਹ ਟੀਂਡੇ ਚੰਗੀ ਤਰ੍ਹਾਂ ਖੇੜ ਨਹੀਂ ਪਾਉਂਦੇ ਸੋ ਇਹਨਾਂ ਤੇ ਖਰਚਾ ਉਸ ਦੇ ਧਿਆਨ ਦੇ ਨਾਲ ਹੀ ਕੀਤਾ ਜਾਵੇ